ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ ਦਾ ਫਿਲਮ ਦੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪੋਲੀਵੁੱਡ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ ਜਿਹੜੀ 2019 ਦੇ ਵਿੱਚ ਨਾਲ ਜ਼ਬਰਦਸਤ ਫਿਲਮਾਂ ਸਾਡੇ ਲਈ ਲੈ ਕੇ ਆ ਰਹੀ ਹੈ ਉਹਨਾਂ ਦੇ ਵਿੱਚੋਂ ਇੱਕ ਐਸੀ ਫਿਲਮ ਹੈ ਜਿਹੜੀ ਸਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜੇਗੀ ਤੇ ਪੰਜਾਬੀ ਲੈਂਗੁਏਜ ਦੇ ਨਾਲ ਜੋੜੇਗੀ ਊੜਾ ੜਾ ਫਿਲਮ ਆ ਰਹੀ ਹੈ ਟਾਈਟਲ ਹੀ ਬਹੁਤ ਯੂਨੀਕ ਹੈ ਉਹਨਾਂ ਦੀ ਐਕਟਰਸ ਨੀਰੂ ਬਾਜਵਾ ਜੀ ਸਾਡੇ ਨਾਲ ਬੈਠੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਊੜਾੜਾ ਦੀ ਗੱਲ ਹੋ ਰਹੀ ਹੈ ਤੇ ਊੜਾ ਐੜਾ ਇਹ ਕਨਸੈਪਟ ਹੀ ਬੜਾ ਵੱਖਰਾ ਹੈ ਇਹ ਨਾਮ ਹੀ ਬੜਾ ਇਦਾਂ ਦਾ ਹੈ ਜਿਹੜਾ ਸਾਨੂੰ ਸਾਡੇ ਰੂਟਸ ਨਾਲ ਨਾ ਜੋੜ ਦਿੰਦਾ ਹੈ ਕਿਉਂਕਿ ਇਨਸਾਨ ਨੂੰ ਬਚਪਨ ਯਾਦ ਆ ਜਾਂਦਾ ਹੈ ਤੁਹਾਨੂੰ ਜਦੋਂ ਇਹ ਟਾਈਟਲ ਸੁਣਿਆ ਸੀਗਾ ਪਹੁੰਚ ਗਏ ਸੀ ਬਚਪਨ 'ਚ ਮੈਂ ਹੁਣ ਮੈਂ ਕੈਨੇਡਾ ਤੋਂ ਜਮੀ ਪੱਲੀਆਂ ਤੋਂ ਮੈਂ ਊੜਾੜਾ ਨਹੀਂ ਸਿੱਖੀ ਬਟ ਡੈਫੀਨਿਟਲੀ ਆਈ ਥਿੰਕ ਊੜਾ ਆਲਸੋ ਇੱਕ ਮਤਲਬ ਇਹਰੇਕ ਪੰਜਾਬੀ ਕਨੈਕਟ ਕਰ ਸਕਦਾ ਹੈ ਇੱਕ ਇੱਕ ਇਨਸਟੈਂਟ ਕਨੈਕਸ਼ਨ ਹੈ ਤੇ ਅਜ ਜਦੋਂ ਮੈਂ ਸਟੋਰੀ ਲਾਈਨ ਸੁਣੀ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਇੱਕ ਕਾਫੀ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਪੰਜਾਬ ਦੇ ਪੰਜਾਬੀ ਨੂੰ ਲੈ ਕੇ ਯੂ نو ਜੇ ਮੈਂ ਵੀ ਪੰਜਾਬੀ ਬੋਲੂਗੀ ਤਾਂ ਮੇਰੇ ਨਾਲ ਲੋਕ ਇੰਗਲਿਸ਼ ਬੋਲਣਗੇ ਜਾਂ ਹਿੰਦੀ ਚ ਬੋਲਣਗੇ ਐਮ ਆ ਲਾਈਕ ਡੰਫਾਉਂਡਡ ਐਮ ਲਾਈਕ ਮੈਂ ਪੰਜਾਬੀ ਚ ਬੋਲ ਰਹੀ ਆ ਵਾਪਸ ਕਿਉਂ ਨਹੀਂ ਪੰਜਾਬੀ ਚ ਜਵਾਬ ਦੇ ਰਹੇ ਸੋ ਆਮ ਇੱਕ ਪ੍ਰੈਜੇਡਿਸ ਆਫ ਦੀ ਲੈਂਗੁਏਜ ਨਾਲ ਹੋ ਰਹੀ ਆ ਪੰਜਾਬ ਸੋ ਅਸੀਂ ਇੱਕ ਬਹੁਤ ਹੀ ਐਂਟਰਟੇਨਿੰਗ ਫਨ ਤਰੀਕੇ ਨਾਲ ਇਹ ਦਿਖਾਇਆ ਹੈ ਫਿਲਮ ਚ ਹਾਂਜੀ ਟ੍ਰੇਲਰ ਵੱਲ ਦੇਖਿਆ ਜਾਏ ਨਾ ਤਾਂ ਟ੍ਰੇਲਰ ਦੇ ਟ੍ਰੇਲਰ ਇਟਸੈਲਫ ਇਜ਼ ਵੈਰੀ मीनिंगफुल ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਐਸੇ ਛੋਟੇ ਛੋਟੇ ਐਲੀਮੈਂਟਸ ਹੈ ਜਿਹੜੇ ਬਹੁਤ ਵੱਡੇ ਮੈਸੇजेस ਦੇ ਰਹੇ ਹੈ ਤੇ ਪੂਰੀ ਫਿਲਮ ਦੇ ਵਿੱਚ ਐਸਾ ਕੀ ਦੇਖਣ ਨੂੰ ਮਿਲੇਗਾ ਜਿਹੜਾ ਦਿਲ ਨੂੰ ਇੰਪੈਕਟ ਕਰੇਗਾ ਤੇ ਕੀ ਐਸੀ ਇੱਕ ਗੱਲ ਹੋਏਗੀ ਜਿਹੜੀ ਮਿਸ ਨਹੀਂ ਕਰਨੀ ਚਾਹੀਦੀ ਇਸ ਫਿਲਮ ਨੂੰ ਲੈ ਕੇ ਆਈ ਥਿੰਕ ਇਹ ਹਰ ਹਰ ਕੋਈ ਇਸ ਇਸ ਫਿਲਮ ਨਾਲ ਕਨੈਕਟ ਕਰ ਪਾਊਗਾ ਚਾਹੇ ਉਹ ਮਤਲਬ ਯੂ نو ਅਪਰ ਕਲਾਸ ਨਾ ਅਪਰ ਕਲਾਸ ਮਤਲਬ ਯੂ نو ਵਾਟ ਆਮ ਆ ਲੁਕਿੰਗ ਫੋਰ ਇਫ ਯੂ ਇਨ ਬਿਗ ਪ੍ਰਾਈਵੇਟ ਸਕੂਲ ਸਮਾਲ ਮਤਲਬ ਇੱਕ 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 ਯੂਨੀਵਰਸਲ ਫੀਲਿੰਗ ਹੁੰਦੀ ਹੈ ਮਾਪੇ ਉਹਦੀ ਟੁਵਰਡਸ देयर ਬੱਚੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੇ ਬੱਚੇ ਲਈ ਯੂ نو ਬੈਸਟ ਹੋਵੇ ਸੋ ਉਹ ਇੱਕ ਫੀਲਿੰਗ ਆ ਬੱਚੇ ਕਈ ਵਾਰ ਨਹੀਂ ਰੀਅਲਾਈਜ਼ ਕਰਦੇ ਕਿ ਯੂ نو ਪੇਰੈਂਟਸ ਕੀ ਕੁਝ ਕਰਦੇ ਆ ਆਪਣੇ ਲਈ ਅਮ ਇੱਕ ਸੀਨ ਆ ਬਹੁਤ ਪਿਆਰਾ ਜੋ ਕਿ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਜਦੋਂ ਬੱਚਾ ਕਹਿੰਦਾ ਹੈ ਤਰਸੇਮ ਜੀ ਨੂੰ ਕਿ ਤੂੰ ਨਾ ਮੈਨੂੰ ਛੱਡਣ ਆਇਆ ਕਰ ਮੈਨੂੰ ਤੇਰੇ ਨਾਲ ਸੰਗ ਆਉਂਦੀ ਆ ਕਿਉਂਕਿ ਇਟਸ ਇਟਸ ਮਤਲਬ ਥੈਟ ਰੀਲੀ ਟੱਚਡ ਮੀ ਹਾਂਜੀ ਸੋ ਬਹੁਤ ਹੀ ਇਹੋ ਜੀ ਚੀਜ਼ਾਂ ਨੇ ਐਂਡ ਸਪੈਸ਼ਲੀ ਆਪਣੀ ਲੈਂਗੁਏਜ ਨੂੰ ਲੈ ਕੇ ਕਿ ਮਤਲਬ ਸਕੂਲ 'ਚ ਫਾਈਨ ਮੈਨੂੰ ਪਤਾ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਸਕੂਲ 'ਚ ਫਾਈਨ ਹੁੰਦਾ ਹੈ 500 ਰੁਪੀਸ ਅਮ ਕਈ ਬੱਚਿਆਂ ਨਾਲ ਕੰਮ ਕੀਤਾ ਫਿਲਮ 'ਚ ਐਂਡ ਅਮ ਯੂ نو ਸਰਦਾਰ ਬੱਚੇ ਉਹਨਾਂ ਨੂੰ ਪੰਜਾਬੀ ਰੀਲੀ ਨਹੀਂ ਆਉਂਦੀ ਸੋ ਇਹ ਰਿਐਲਿਟੀ ਆ ਪੰਜਾਬ ਦੀ ਸੋ ਅਮ um, ਯਾ yeah, I think we'll see that اچھا ਮੈਂ ਇਹ ਐਸਾ ਪਹਿਲਾ ਟ੍ਰੇਲਰ ਸੀਗਾ 2019 ਦਾ ਜਿਹੜਾ ਪੇਰੈਂਟਸ ਨੂੰ ਦਿਖਾਇਆ ਆਪ ਜਾ ਕੇ ਕਿ ਮੰਮਾ ਤੁਹਾਨੂੰ ਮਤਲਬ ਪਪਾ ਇਹ ਦੇਖਣਾ ਚਾਹੀਦਾ ਪਰ ਉਹਨਾਂ ਦਾ ਇੱਕ ਐਟ ਲਾਸਟ ਰਿਸਪਾਂਸ ਆਂਦਾ ਹੈ ਕਿ ਇਹ ਗੱਲਾਂ ਨਾ ਫਿਲਮਾਂ ਚ ਚੰਗੀਆਂ ਲੱਗਦੀਆਂ ਤੁਹਾਡੀ ਇਸ ਨੂੰ ਲੈ ਕੇ ਕੀ ਸੋਚ ਵੈਲ ਅਮ ਅਸੀਂ ਹਮੇਸ਼ਾ ਪੰਜਾਬੀ ਨੂੰ ਪ੍ਰੋਮੋਟ ਕਰਦੇ ਹਾਂ ਸਾਡੇ ਪੇਰੈਂਟਸ ਨੇ ਕੀਤੀ ਹੈ ਅਸੀਂ ਵੀ ਆਰ ਆਲ ਵੈਰੀ ਪ੍ਰਾਊਡ ਟੂ ਬੀ ਪੰਜਾਬੀ ਅਮ ਪੰਜਾਬੀ ਬੋਲਦੇ ਹਾਂ ਉੱਚੀ ਉੱਚੀ ਬੋਲਦੇ ਹਾਂ ਕੈਨੇਡਾ ਚ ਸਾਨੂੰ ਕੋਈ ਸ਼ਰਮ ਨਹੀਂ ਹੈ ਵੀ ਆਰ ਪੰਜਾਬੀ ਵਾਈ ਸ਼ੁੱਡ ਵੀ ਸਪੀਕ ਆ ਲੈਂਗੁਏਜ ਅਮ ਸੋ ਮੈਂ ਇਟ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਮੇਰੀ ਬੇਟੀ ਸਾਡੀ ਬੇਟੀ ਪੰਜਾਬੀ ਨਾਲ ਕਨੈਕਟਡ ਹੋਵੇ ਸ਼ੀ ਸ਼ੁੱਡ ਨੋ ਵੇਅਰ ਸ਼ੀ ਕਮਸ ਫਰਮ ਸ਼ੀ ਸ਼ੁੱਡ ਨੋ ਹਰ ਰਿਲੀਜੀਅਨ ਹਰ ਕਲਚਰ ਹਰ ਲੈਂਗੁਏਜ ਸੋ ਮੇਰੇ ਲਈ ਬਹੁਤ ਇੰਪੋਰਟੈਂਟ ਆ ਸੋ ਆਈ ਡੋਨਟ ਥਿੰਕ ਇਹ ਫਿਲਮ ਮੰਚ ਜੇ ਤੁਸੀਂ ਆਪ ਹੀ ਇੱਕ ਇਨੀਸ਼ੀਏਟਿਵ ਲੈ ਲੋ ਕਰੇ ਮਤਲਬ ਜੇ ਪੇਰੈਂਟਸ ਖੁਦ ਪੰਜਾਬੀ ਨਹੀਂ ਬੋਲਣਗੇ ਤਾਂ ਫਿਰ ਮਤਲਬ ਇਫ ਯੂ ਜਸਟ ਖਰੜ ਕੇ ਨਹੀਂ ਅਸੀਂ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲਣੀ ਆ ਯੂ نو অর ਯਾ ਇੰਗਲਿਸ਼ ਸੋ ਆਈ ਮੀਨ ਇਟਸ ਲਾਈਕ ਤੁਸੀਂ ਇਹ ਛੋਟੇ ਛੋਟੇ ਸਟੈਪਸ ਆ ਜੋ ਤੁਸੀਂ ਖੁਦ ਕਰ ਸਕਦੇ ਆ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਮੁਸ਼ਕਿਲ ਵਾਲੀ ਗੱਲ ਆ ਯਾ ਇਟਸ ਟੂ ਡਿਫਿਕਲਟ ਹੈਨਾ ਹਰ ਕਿਰਦਾਰ ਦੇ ਨਾਲ ਨਾ ਜਿਹੜਾ ਐਕਟਰ ਹੁੰਦਾ ਹੈ ਉਹ ਆਪਣੇ ਆਪ ਨੂੰ ਰਿਲੇਟ ਕਰਦਾ ਹੈ ਪਰ ਤੁਹਾਡਾ ਇਹਦੇ ਵਿੱਚ ਥੋੜਾ ਆਪੋਜ਼ਿਟ ਹੈ ਜੇ ਛੋਟੇ ਹੁੰਦੇ ਤਾਂ ਤੁਹਾਨੂੰ ਦੇਖਿਆ ਜਾਏ ਤਾਂ ਤੁਸੀਂ ਜਿਵੇਂ ਊੜਾ ਜਿਹੜਾ ਨਹੀਂ ਪੜਿਆ ਸੀਗਾ ਜਾਂ ਇੰਗਲਿਸ਼ ਸਕੂਲ ਚ ਪੜੇ ਸੀਗੇ ਤੋ ਉਸ ਕੈਰੈਕਟਰ ਨੂੰ ਅਡਾਪਟ ਕਰਨ ਦੇ ਵਿੱਚ ਤੁਸੀਂ ਕਿਹਦੇ ਤੋਂ ਇਨਸਪੀਰੇਸ਼ਨ ਲਿੱਤੀ ਤੇ ਕਿਵੇਂ ਉਸ ਨਾਲ ਕਨੈਕਟ ਕੀਤਾ ਨਹੀਂ ਮੈਂ ਬਹੁਤ ਕਨੈਕਟ ਕੀਤਾ ਮਨਜੀਤ ਨਾਲ ਮੇਰੇ ਕੈਰੈਕਟਰ ਦਾ ਨਾਂ ਕਿਉਂਕਿ ਜੋ ਕੁਝ ਕਈ ਸੀਨਸ ਐ ਫਿਲਮ ਸੀਗੇ ਜੋ ਕਿ ਮੈਂ ਰੀਅਲ ਲਾਈਫ ਇ ਹੈਵ ਐਕਸਪੀਰੀਐਂਸ ਆਪਦੇ ਬੱਚੇ ਨੂੰ ਲੈ ਕੇ ਐਡਮਿਸ਼ਨਸ ਯੂ نو ਲਾਰੇ ਅਮ ਅ ਪ੍ਰਾਈਵੇਟ ਸਕੂਲ ਦੇ ਰਿਸਰਚ ਕੀਤਾ ਸਭ ਤੋਂ ਬੈਸਟ ਸਕੂਲ ਫਿਰ ਖੁਦ ਜਾ ਕੇ ਅਸੀਂ ਦੋਨਾਂ ਨੇ ਇੰਟਰਵਿਊ ਵੀ ਦਿੱਤਾ ਮੇਰੀ ਬੇਟੀ ਦਾ ਵੀ ਇੰਟਰਵਿਊ ਹੋਇਆ ਸੋ ਉਹ ਜਿਹੜੀ ਐਂਗਜ਼ਾਇਟੀ ਆ ਉਹ ਜਿਹੜਾ ਹੋਪ ਨੇ ਸਾ ਜੋ ਮਨਜੀਤ ਦੇ ਕੈਰੈਕਟਰ ਗੋਸ ਥਰੂ ਉਹ ਸਾਰੀਆਂ ਚੀਜ਼ਾਂ ਨਾਲ ਮੈਂ ਕਨੈਕਟ ਕੀਤਾ ਜੀ ਤੁਸੀਂ ਜਦੋਂ ਆਪਣੀ ਬੇਟੀ ਨੂੰ ਪੰਜਾਬੀ ਬੋਲਦੇ ਹੋਏ ਸੁਣਦੇ ਹੋ ਕਿਹੋ ਜਿਹਾ ਫੀਲ ਹੁੰਦਾ ਕਿ ਯਾਰ ਉਹ ਸਟਿਲ ਰੂਟਸ ਦੇ ਨਾਲ ਹਲੇ ਵੀ ਜੁੜੀ ਹੋਈ ਹੈ ਤੇ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ ਬਹੁਤ ਨੈਚੁਰਲ ਅਸਰ ਦਿਲੇ ਰਣੋ ਹੈ ਉਹ ਜੇ ਕੁਝ ਕਿਉਂਕਿ ਅਸੀਂ ਸਾਰੇ ਜੁੜੇ ਹੋਏ ਆ ਮੈਂ ਮੇਰੀ ਮੇਰੀ ਪੂਰੀ ਫੈਮਲੀ ਮੈਂ ਮੇਰੀ ਸਿਸਟਰਸ ਮਾਈ ਬ੍ਰਦਰ ਮਾਈ ਹਸਬੰਡ ਮਤਲਬ ਮੇਰੇ ਹਸਬੰਦ ਜੇ ਤਾਂ ਪੰਜਾਬੀ ਬੋਲਦੇ ਆ ਕਈ ਲਵਸ ਮੈਨੂੰ ਹੀ ਸਮਝ ਆਉਂਦੇ ਤੇ ਲੋਕਾਂ ਨੂੰ ਲੱਗਦਾ ਕਿ ਹੀ ਇਜ਼ ਅ ਗੋਰਾ ਲਾਈਕ ਆਮ ਲਾਈਕ ਹਲੋ ਹੀਜ਼ ਲਾਈਕ ਸੋ ਦੇਸੀ ਆ ਸੋ ਅਮ ਇਹ ਕੁਝ ਮੈਨੂੰ ਸਾਨੂੰ ਇਟਸ ਜਸਟ ਨੈਚੁਰਲ ਇਟਸ ਹੂ ਵੀ ਆ ਸੋ ਮੈਨੂੰ ਕੁਝ ਯੂ نو ਆ ਫੀਲ ਪ੍ਰਾਊਡ ਜਦ ਮੈਨੂੰ ਦੇਖਦੇ ਮੈਨੂੰ ਪੰਜਾਬੀ ਗਾਣੇ ਯੂ نو ਫੇਵਰਿਟ ਗਾਣਾ ਕੀ ਬਣੋ ਦੁਨੀਆ ਦਾ ਇਸ ਮਾਈ ਡੌਟਰ ਇਸ ਆਮ ਲਾਈਕ ਰੀ ਜਦੋਂ ਐਸੇ ਸਿਨੇਮਾ ਦੀ ਗੱਲ ਹੋ ਰਹੀ ਹੁੰਦੀ ਹੈ ਨਾ ਤਾਂ ਬਹੁਤ ਪ੍ਰੈਸ਼ਰ ਹੁੰਦਾ ਮਾਈਂਡ ਦੇ ਉੱਤੇ ਕਿਉਂਕਿ ਤੁਹਾਡੀ ਹਰ ਗੱਲ ਦਾ ਨਾ ਬਹੁਤ ਇੰਪੈਕਟ ਪੈਂਦਾ ਹੈ ਆਡੀਅנס ਦੇ ਉੱਤੇ ਤੇ ਕੁਝ ਵੀ ਡਰ ਸੀਗਾ ਐਸਾ ਸਬਜੈਕਟ ਕਰਨ ਤੋਂ ਪਹਿਲੇ ਜਾਂ ਕੋਈ ਨਰਵਸનેસ ਨੇ ਸੀਗੀ ਕਿ ਯਾਰ ਮੇਰੀ ਗੱਲਾਂ ਦਾ ਬਹੁਤ ਇੰਪੈਕਟ ਪਏਗਾ ਤੇ ਮੈਨੂੰ ਪਰਸਨਲੀ ਤੇ ਪ੍ਰੋਫੈਸ਼ਨਲੀ ਉਸ ਚੀਜ਼ ਨਾਲ ਕਨੈਕਟ ਹੋਣਾ ਚਾਹੀਦਾ ਹੈ ਪਹਿਲੇ ਫਿਰ ਹੀ ਮੈਂ ਇਸ ਲਈ ਹਾਂ ਕਰੂੰਗੀ ਜਾਂ ਕੀ ਐਸੀ ਚੀਜ਼ ਸੀ ਜਿਹਦੇ ਲਈ ਤੁਸੀਂ ਇਸ ਨੂੰ ਹਾਂ ਕੀਤਾ ਨੇ ਮੈਂ ਆਈ ਮੀਨ ਆਈ ਬਲੀਵ ਇਨ ਦਿਸ ਪ੍ਰੋਜੈਕਟ ਸੋ ਕਿਉਂਕਿ ਮੈਂ ਖੁਦ ਐਕਸਪੀਰੀਅੰਸ ਕੀਤਾ ਹੈ ਮੈਨੂੰ ਪਤਾ ਹੈ ਸੱਚਾਈ ਹੈ ਸੋ ਜੇ ਆਈ ਥਿੰਕ ਪੋਜ਼ਿਟਿਵ ਇਮਪੈਕਟ ਹੀ ਹੋਗਾ ਲੋਕਾਂ ਤੇ ਯੂ نو ਜੇ ਮੈਂ ਜੇ ਮੈਂ ਪੰਜਾਬੀ ਨੂੰ ਪ੍ਰਮੋਟ ਕਰ ਰਹੀ ਹਾਂ ਤਾਂ ਪੋਜ਼ਿਟਿਵ ਹੀ ਹੈ ਸੋ ਆਈ ਥਿੰਕ ਇਹ ਦੇ ਵਿੱਚ ਪੋਜ਼ਿਟਿਵ ਹੀ ਪੋਜ਼ਿਟਿਵ ਹੈ। ਨੇ ਅਟਵਾ ਦੀ ਹੈ ਜੀ ਇਨਸਾਨ ਹਮੇਸ਼ਾ ਪੋਜ਼ਿਟਿਵ ਰਹਿਣਾ ਵੀ ਚਾਹੀਦਾ ਹੈ। ਫਰੀ ਟਾਈਮ ਚ ਕੀ ਕਰਦੇ ਹੋ ਤੁਸੀਂ ਕਿਉਂਕਿ ਜਦੋਂ ਮਤਲਬ ਅਸੀਂ ਤੁਹਾਨੂੰ ਹਮੇਸ਼ਾ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਦੇਖਿਆ ਬਹੁਤ ਐਕਟਿਵ ਰਹਿੰਦੇ ਹੋ ਆਪਣੀ ਬੇਟੀ ਨਾਲ ਵੀ ਬਹੁਤ ਜ਼ਿਆਦਾ એનਰਜੈਟਿਕ ਰਹਿੰਦੇ ਹੋ ਪ੍ਰੋਫੈਸ਼ਨਲੀ ਤੁਹਾਨੂੰ ਅਸੀਂ ਹਮੇਸ਼ਾ ਮੂਵ ਔਨਉਂ ਦੇ ਦੇਖਿਆ ਪਰਸਨਲੀ ਆਪਣੇ ਆਪ ਨੂੰ એનਰਜੈਟਿਕ ਰੱਖਣ ਦੇ ਲਈ ਕੀ ਕਰਦੇ ਹੋ ਆਈ ਹੈਵ ਨੋ ਆਈਡੀਆ ਬਸ ਮੈਂ ਆਈ ਡੋਨੋ ਬਸ એનર્ਜੀ ਬਹੁਤ ਆ ਪੋਜ਼ਿਟਿਵ ਆ ਤੇ ਐਕਸਾਈਟਡ ਆ ਟੂ ਬੀ ਅਲਾਈਵ ਐਂਡ ਮੈਂ ਹਮੇਸ਼ਾ ਇਹ ਸਮਝਦੀ ਆ ਕਿ ਮੈਂ I'm just so lucky to be healthy. I think osab oh, to zyada important our health. ਪੂਰਾ ਇਹੜਾ ਦੇ ਬਾਰੇ ਜਾਣ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਇੱਕ ਕੀ ਚੰਗੀ ਗੱਲ ਆਪਣੇ ਦਿਲ ਦੀ ਦੱਸੋਂਗੇ ਕਿ ਜਿਹਦੇ ਕਰਕੇ ਤੁਹਾਨੂੰ ਇਹ ਫਿਲਮ ਦੇਖਣ ਜ਼ਰੂਰ ਜਾਣਾ ਚਾਹੀਦਾ। ਮੈਂ ਜ਼ਿਆਦਾ ਕਦੀ ਫਿਲਮਾਂ ਨੂੰ ਮਤਲਬ ਵੇਚਦੀ ਨਹੀਂ ਹੁੰਦੀ। ਮੈਂ ਹਮੇਸ਼ਾ ਹਾਈ ਕੈਨ ਯੂ ਨੇ ਕਿ ਜੇ ਤੁਹਾਨੂੰ ਟ੍ਰੇਲਰ ਪਸੰਦ ਆਇਆ ਤਾਂ ਜ਼ਰੂਰ ਜਾ ਕੇ ਦੇਖਿਓ ਬਹੁਤ ਵਧੀਆ ਫਿਲਮ ਬਣੀ ਹੈ ਤੇ ਆ ਮੈਂ ਐਂਟਰਟੇਨਮੈਂਟਲ ਭਰੀ ਹੋਈ ਫਿਲਮ ਆ ਸੋ ਜਸਟ ਕੀਪ ਥੈਟ ਇਨ ਮਾਈਂਡ। ਤਸੀਂ ਐਂਟਰਟੇਨਮੈਂਟ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਵੀ ਹੈ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀ ਸੋਚ ਹੈ ਉਹ ਸਿਨੇਮਾ ਦੇ ਥਰੂ ਅੱਛੀ ਤਰ੍ਹਾਂ ਨਾਲ ਲੋਕਾਂ ਤੱਕ ਪਹੁੰਚੇ ਥੈਂਕ ਯੂ ਥੈਂਕ ਯੂ ਜੀ ਬੇਸਟ ਥੈਂਕ ਯੂ ਜੀ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਤੁਸੀਂ 1 ਫਿਬਰੂਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤੁਹਾਨੂੰ ਊੜਾ ਜਿਹੜਾ ਕਿਹੋ ਜਿਹਾ ਲੱਗੇ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ